ਰਾਬਾ ਵੀ ਬਣੇਗਾ ਨਹੀਂ ਨਹੀਂ ਮੈਨੂੰ ਕੋਈ ਸ਼ੌਕ ਨਹੀਂ ਪਿਓ ਮਰ ਗਈ ਮੈਂ ਤੇ ਇੱਥੇ ਹੀ ਨਹੀਂ ਸਾਡੇ ਆ ਕਿੰਨੇ ਕੀਤਾ ਹੋਰ ਬੜੀਆਂ ਸਾਡੇ ਕੋਲ ਤੜਕਲੇ ਹੈਗੀ ਇੱਕ ਮਾਰੀ ਨੇ ਅੱਛਾ ਹਾਂਜੀ ਮੇਰੀ ਗੱਲ ਸੁਣ ਹਾਂਜੀ ਦੱਸੋ ਮੇਰੇ ਅੱਬੇ ਨੇ ਕਿਸੇ ਡਾਂਸ ਡਾਇਰੈਕਟਰ ਨੂੰ ਫੋਨ ਕੀਤਾ ਹੈ ਕਿ ਨਹੀਂ ਬਸ ਆਉਣ ਵਾਲਾ ਫਟਾਫਟ ਬੁਲਾ ਲੈ ਮੈਂ ਤੈਨੂੰ ਉਸੇ ਵੇਲੇ 600 ਫੋਨ ਕੀਤੇ ਡਾਂਸ ਡਾਇਰੈਕਟਰ 1 ਮਿੰਟ ਚ ਪਹੁੰਚਣ ਵਾਲਾ ਬਸ ਚੱਲ ਫਟਾਫਟ ਚੈੱਕ ਕਰਕੇ ਆ ਬਾਅਦ ਜਿਵੇਂ ਡਾਂਸ ਡਾਇਰੈਕਟਰ ਆਇਆ ਨਾ ਉਹਦੇ ਫਟਾਫਟ ਪੈਸੇ ਇਕੱਠੇ ਕਰ ਜਿਹੜਾ ਤੇਰਾ ਕੰਮ ਹੈ ਅੱਛਾ ਵੈਸੇ ਗੱਲ ਦੱਸੋ ਇਹ ਤੁਹਾਡੇ ਹੁਸਨ ਦਾ ਰਾਜ਼ ਕੀ ਹੈ ਕਿਉਂ ਤੇ ਤੁਸੀਂ ਐਡੇ ਸੋਹਣੇ ਕਿਉਂ ਲੱਗਦੇ ਹੋ ਬਸ ਇਹ ਰਾਜ਼ ਦੀ ਗੱਲ ਹੈ ਨਹੀਂ ਦੱਸਣੀ ਐ ਇਤਨੀ ਕਿਦਰੇ ਇਹਦੇ ਖੁਸਰਿਆਂ ਨੇ ਮੁਜਰੇ ਤੋਂ ਵੀ ਜੁੱਤੀਆਂ ਖਾਧੀਆਂ ਬਗੈਰ ਕਰੇ ਉਹ ਲੋਕੀ ਪੈਸੇ ਸੁੱਟਣ ਦੇ ਉਹ ਥੱਲੇ ਜ਼ਮੀਨ ਤੇ ਪੈਸੇ ਪਏ ਪੈਰਾਂ ਨੂੰ ਲੇਵੀ ਲਾ ਕੇ ਖੁਸਰੇ ਦੇ ਪੈਸੇ ਤੋਂ ਤੋਂ ਲੰਘ ਗਿਆ ਉਹਨਾਂ ਨੇ ਕੁੱਤਿਆਂ ਨੂੰ ਕੁੱਤਿਆ ਸੀ ਜਦੋਂ ਇਹਨੇ ਤੁਹਾਡੇ ਪੈਸੇ ਆਹ ਮੈਂ ਕਿਹਾ ਜਾਣਦੇ ਹੁਣ ਇਸ ਤਰ੍ਹਾਂ ਛੱਡ ਦੇ ਜਿਹੜਾ ਛੱਡ ਚੱਲ ਜਾ ਉਹ ਕੰਮ ਕਰ ਮੇਰੇ ਮੂੰਹ ਨਾਲ ਲੱਗੀ ਮੈਂ ਤੈਨੂੰ ਦੱਸਾਂ ਪੇਂਡੂ ਜਿਹਾ ਤੂੰ ਬੰਦਾ ਹੈ ਪੇਂਡੂ ਮੈਨੂੰ ਬਿਲਕੁਲ ਪਸੰਦ ਨਹੀਂ ਉਹ ਪੇਂਡੂ ਨੂੰ ਕਿਹੜਾ ਕੰਮ ਨਹੀਂ ਆਉਂਦਾ ਕਿਹੜਾ ਐਡਾ ਕੋਈ ਕਾਰੀਗਰੀ ਵਾਲਾ ਕੰਮ ਪੇਂਡੂ ਮੈਨੂੰ ਨਹੀਂ ਪਸੰਦ ਪੇਂਡੂਆਂ ਨੂੰ ਬਹੁਤਾ ਕੰਮ ਆਉਂਦਾ ਹੈ ਇਸ ਤਰ੍ਹਾਂ ਨਾ ਕਰ ਚੱਲ ਪਿੰਡ ਮਾਰਨਾ ਮੁੰਡੇ ਤੇਲ ਲੈ ਕੇ ਫਿਰਨਦੇ ਆ ਉਹ ਬੂਹਾ ਚੋਣਾ ਯਾਰ ਤੇਲ ਲੈ ਕੇ ਸਾਲਿਓ नकेले मूह वाला कौन है दौलत खर्च नहीं सकते क्योंकि चलती नहीं जिन्हां दा खूह है आहो ਯਾਰ ਨਹੀਂ ਐ ਭਾਂਡੇ ਕਹਿੰਦੇ ਜੀ ਇਹ ਗੱਖੜ ਦਰੀਆਂ ਬਣਾਉਂਦਾ ਹੈ ਬੰਦਾ ਲੈ ਭਾਂਡੇ ਤੇ ਦਰੀਆਂ ਬਣਾਉਂਦਾ ਬਹੁਤ ਉਹ ਤੇ ਉਹ ਭਾਂਡ ਹੁਣ ਇਹ ਦੇਖੋ ਇਹ ਵੀ ਚਵਲ ਛਦਰੇ ਰਹਿੰਦਾ ਜੇ ਜ਼ਿਮੀਦਾਰ ਆਦਮੀ ਆ ਬੇਵਕੂਫਾ ਵੇ ਚੱਲ ਮੇਰਾ ਤੂੰ ਜ਼ਿਮੀਦਾਰ ਹੋ ਤੇ ਬੁਰਾ ਲਾ ਸਵੈਟਰ ਪਾਇਆ ਹੋਵੇ ਲੈ ਪੂਰਾ ਲਾ ਇਹ ਬੁਰਾ ਲਾ ਨਹੀਂ ਹੈਗਾ ਇਹ ਪੂਰਾ ਲਾ ਤੁਸੀਂ ਇਹ ਚਾਹਿਆ कोठी नाल तुसी पांडे नाल असी पाउंडा जी कितें बशको हां 5 मिंट मैनूं घर कोई लोड नहीं फसल ਮੈਨੂੰ ਡਾਂਸ ਕਰਨ ਦਾ ਬੜਾ ਸ਼ੌਕ ਹੈ ਪੇਂਡੂ ਜਿਹਾ ਮੇਰੇ ਮਗਰ ਪੈ ਗਿਆ ਕਹਿੰਦਾ ਮੈਂ ਤੇਰਾ ਮੰਗੇਤਰ ਆ ਤੁਹਾਨੂੰ ਉਹਨਾਂ ਦਾ ਵਾਸਤੇ ਜਾ ਕੇ ਕਿਸੇ ਡਾਂਸ ਡਾਇਰੈਕਟਰ ਨੂੰ ਬੁਲਾ ਕੇ ਲਿਆ ਦਿਓ ਤੁਸੀਂ ਤੇ ਸਿਆਰੇ ਬਿਆਣੇ ਲੱਗਦੇ ਮੰਤਰਾ ਡਾਂਸ ਕਰੋ ਨਾ ਸਾਡੇ ਸਾਹਮਣੇ ਸਾਨੂੰ ਰੇਤ ਚਾਹੀਦੀ ਰੇਤ ਚਾਹੀਦੀ ਹੈ ਤੂੰ ਭਾਂਡੇ ਮੰਜ ਲੈ ਉਹ ਤੁਸੀਂ ਜਾਂਦੇ ਨਹੀਂ ਆ ਭੈਣ ਦੀ ਫੋਟੋ ਵਿਖਾ ਕੇ ਬਿੱਲ ਜਮ੍ਹਾਂ ਕਰਾਉਣ ਵਾਲੇ ਹਾਂ ਚਲੋ ਆ ਟਾਈਮ ਤੇ ਹੋ ਗਿਆ ਬਿੱਲ ਜਮ੍ਹਾਂ ਕਰਾਈਏ ਜਾਂ ਕਰਾਂ ਦੇ ਸਾ पेंडू जिहा हैगा ते डांस दा बड़ा शौक है ते मेरे सामने ना चाहे जमीन तेरे तो वार के सिट देनी इधर उगे मुरब्बे हिसाब करने
ਸਾਨ ਨਹੀਂ ਪਤਾ ਸਾਡੇ ਨਾਲ ਕਨਾਲ ਦੀ ਗੱਲ ਕਰ ਓ ਕਨਾਲ ਵੀ ਤੇਰੇ ਮਰੱਬੇ ਵੀ ਤੇਰੇ ਟੂਵਲ ਤੇਰੇ ਆ ਪਤਾ ਲੱਗੇ ਬਾਜਰਾ ਗਾਜਰ ਦਾ ਮਰੱਬਾ ਮੇਰੇ ਅੱਜ ਫੜਾ ਦੇ ਓ ਗਾਜਰਾ ਗਾਈਆਂ ਪਿੰਡ ਤਾਂ ਚੱਲ ਮਾਨਾ ਕੀ ਤਾਂ ਸਾਡੇ ਕਮਾਂ ਚ ਗੰਨਾ ਹੀ ਐਡਾ ਐਡਾ ਹੋਇਆ ਤੈਨੂੰ ਕਿਵੇਂ ਪਤਾ ਐਡਾ ਐਡਾ ਗੰਨਾ ਮੈਂ ਵੱਢਣ ਗਿਆ ਨਾ ਵੱਢਿਆ ਨਹੀਂ ਗਿਆ ਮੇਰੇ ਕੋਲ ਆਹੋ ਮੁੰਡੇ ਪੁੱਟਣਾ ਪਿਆ ਮੈਂ ਤੁਹਾਨੂੰ ਦੱਸਦਾ ਵਿਆਹ ਵਿਊ ਮੈਂ ਨਹੀਂ ਕਰਨਾ ਮੈਂ ਡਾਂਸ ਸਿੱਖਣਾ ਔਰ ਮੈਂ ਸਟੇਜ ਤੇ ਡਾਂਸ ਕਰਨਾ ਬਸ ਇਹ ਸਟੇਜਾਂ ਨੇ ਮਾਰਿਆ ਇਹ ਸਟੇਜਾਂ ਨੇ ਮਾਰਿਆ ਪੰਜ ਛੇ ਬੰਦੇ ਮਾਰਨੇ ਪੈਣੇ ਸਟੇਜਾਂ ਵਾਲੇ ਹੈ ਅੱਛਾ ਦੱਸ ਜਿਹੜੇ ਤੈਨੂੰ ਭੈੜੇ ਲੱਗਦੇ ਮੈਂ ਮਾਰਦੇ ਹੈ ਮੈਨੂੰ ਕੁਛ ਵੀ ਨੀ ਸੱਚੀ ਮੁੱਚ ਨੀ ਹੈਗੀ ਗੱਲ ਤੂੰ ਤੇ ਦਿਲ ਤੇ ਲਾ ਲਈ ਮਾੜਾ ਕੀਤਾ ਮੇਰੀ ਇੱਥੇ ਜਨਾਨੀ ਨੱਚਣੀ ਤੁਸੀਂ ਆਇਓ ਤੁਹਾਡੀਆਂ ਜਨਾਨੀਆਂ ਮੁਫਤ ਨੱਚਦੀਆਂ ਮੈਂ ਕਦੀ ਆਇਆ ਪਲਾਸਟਿਕ ਦੀਆਂ ਜੁੱਤੀਆਂ ਤੇ ਲੈ ਚਲੋ ਜੀ ਹੁਣ ਤੁਸੀਂ ਆਪਣਾ ਤੁਸੀਂ ਬੀਬੀ ਜੀ ਤੁਸੀਂ ਥੱਕ ਗਏ ਹੋਗੇ ਤੁਸੀਂ ਥੱਕ ਗਏ ਹੋ ਕਿਸ ਚੀਜ਼ ਦੀ ਕਮੀ ਖੋਤੀਆਂ ਮੀਰ ਜਮਾ ਲੈਣੀ ਜੀ ਮੈਂ ਨੌਕਰ ਹੋਣਾ ਜੀ ਹੱਥਾਂ ਪੈਸੇ ਸਿੱਟਣ ਡਿਆ ਮਿਹਨਤ ਪੈਸੇ ਇਕੱਠੇ ਹੁੰਦੇ ਆ ਬਦਤਮੀਜ਼ ਆਦਮੀ ਗੱਲ ਸੁਣਾ ਡੀਲਰਾ ਮੈਂ ਕਿਹਾ ਮੰਗੇਤਰ ਮੇਰੀ ਮੰਨ ਗਈ ਤਾਂ ਠੀਕ ਆ ਨਹੀਂ ਤਾਂ ਮੈਂ ਕੋਈ ਬੰਦੋਬਸਤ ਰੱਖੀ ਮੈਂ ਖਾਲੀ ਹੱਥ ਜਾਣਾ ਨਹੀਂ ਮੈਂ ਤੁਹਾਨੂੰ ਪਛਵਾ ਰਿਹਾ ਪੰਜ ਮਿੰਟਾਂ ਅੱਧਾ ਮਰੱਬਾ ਤੇਰਾ ਮੁੱਛਾਂ ਥੋੜੀਆਂ ਛੋਟੀਆਂ ਖਰਾ ਆਪ ਹੀ ਨਾ ਖਾ ਜਾਈ ਲੈ ਮੁੱਛਾਂ ਤਿੰਨ ਚੁਗਦੀਆਂ ਮੁੱਛਾਂ ਚਲ ਚੁੱਕ ਪੈਸੇ ਪੂਹੇ ਆ ਗਏ ਤੂੰ ਚੁੱਕ ਪੈਸੇ ਜਿਹਦਾ ਕੰਮ ਆ ਮੈਨੂੰ ਕਹਿੰਦਾ ਮੈਂ ਲੱਕ ਭੰਦਿਆਂ ਨਾ ਤਿੰਦਾ ਇਹ ਜਾਹਿਲ ਆਦਮੀ ਕਿਤੇ ਪਛਕਵਾ ਦੇ ਕਿਤੇ ਕਿਤੇ ਪਛਕਵਾ ਦੇ ਪੰਜ ਜਾ ਫਿਰ ਮੈਂ ਪਛਕਵਾ ਪੰਜ ਮਿੰਟਾਂ ਤੂੰ ਪਛਕਵਾ ਦੇ ਅੱਗੋਂ ਮੇਰਾ ਫਿਰ ਆਪਣਾ ਕੰਮ ਆ